ਦੇਖੋ ਤੁਹਾਡੀ ਕਲੈਰੀਫਿਕੇਸ਼ਨ ਜਿਹੜੀ ਹੈਗੀ ਹੈ ਮੇਰੇ ਖਿਆਲ ਬਹੁਤ ਚੰਗੀ ਹੈ, ਕਿਉਂਕਿ ਕੁਝ ਲੋਕ ਜਜ਼ਬਾਤ ਵਿੱਚ ਆਏ ਹੋਏ ਨੇ, ਉਹਨਾਂ ਨੂੰ ਇਹ ਨਹੀਂ ਸਮਝ ਰਹੇ ਕਿ ਆਰਮੀ ਦਾ ਜਿਹੜਾ ਡਿਸਿਪਲਿਨ ਜਿਹੜੀ ਕੋਡ ਹੈਗੀ ਹੈ ਉਹਨੂੰ ਇਸ ਤਰੀਕੇ ਨਾਲ ਨਹੀਂ ਸਮਝਿਆ ਜਾ ਸਕਦਾ ਜਿਵੇਂ ਉਹ ਐਵੇਂ, ਮਤਲਬ ਜਿਹੜੇ ਬੰਦੇ ਨੇ ਉਸ 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 ਗੱਲ ਵਿੱਚ ਰਿਹਾ ਨਹੀਂ, ਉਹ ਉਸ ਗੱਲ ਨੂੰ ਐਪਰੀਸ਼ੀਏਟ ਨਹੀਂ ਕਰ ਸਕਦਾ, ਸਮਝ ਵੀ ਨਹੀਂ ਸਕਦਾ। ਮੇਰਾ ਖਿਆਲ ਹੈ ਉਹਨਾਂ ਨੂੰ ਥੋੜਾ ਜਿਹਾ ਤਹੰਬਲ ਤੋਂ ਕੰਮ ਲੈਣਾ ਚਾਹੀਦਾ। ਤੁਸੀਂ ਬਹੁਤ ਹੀ ਖੂਬਸੂਰਤੀ ਨਾਲ ਕੱਲ ਵੀ ਤੇ ਅੱਜ ਵੀ, ਇਹਦੇ ਵਿੱਚ ਕੁਝ ਇਮੋਸ਼ਨਲ ਇਸ਼ੂਜ਼ ਵੀ ਨੇ, ਪਰ ਤੁਸੀਂ ਜਿਸ ਖੂਬਸੂਰਤੀ ਨਾਲ ਉਹਨੂੰ ਨਿਭਾ ਰਹੇ ਹੋ, ਮੈਂ ਕਹਿੰਦਾ ਇਹ ਜਰਨਲਿਸਟ ਦੇ ਤੌਰ ਦੇ ਉੱਪਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਵਰਗੇ ਲੋਕ ਜਿਹੜੇ ਹੈਗੇ ਨੇ ਉਹ ਹੈਗੇ ਨੇ। ਮੈਂ ਦੂਸਰੀ ਗੱਲ ਇਹ ਕਹਿਣਾ ਚਾਹੁੰਦਾ ਸੀਗਾ, ਤੁਸੀਂ ਦੋਵੇਂ ਜਣੇ ਹੈਗੇ ਹੋ, ਇੱਕ ਤਾਂ ਇਹ ਸੀ ਕਿ ਇਮੋਸ਼ਨਲ ਰਿਐਕਸ਼ਨ ਸੀ ਜਿਹੜਾ ਉਸ ਵੇਲੇ ਹੋਇਆ, ਉਹ ਤਾਂ ਗੱਲ ਸਮਝ ਪੈਂਦੀ ਸੀ ਜੀ। ਇਦੋਂ ਇਲਾਵਾ ਜਦੋਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਖੁੱਲੇ ਤੌਰ ਦੇ ਉੱਪਰ ਕਿਹਾ, ਜਿਹਨਾਂ ਨੂੰ ਬਾਅਦ ਵਿੱਚ ਧਰਮੀ ਫੌਜੀ ਦੇ ਤੌਰ ਦੇ ਉੱਪਰ ਵੀ ਜਾਣਿਆ ਗਿਆ, ਉਹਨਾਂ ਗੱਲਾਂ ਨੂੰ ਵੀ ਤੁਸੀਂ ਬਗਾਵਤ ਕਰੋ। ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਜਿਹੜੇ ਛੋਟੇ ਰੈਂਕ ਦੇ ਬੰਦੇ ਨੇ ਜਾਂ ਜਿਹੜੇ ਮਿਡ ਰੈਂਕ ਦੇ ਲੋਕ ਦੇ ਬੰਦੇ ਨੇ, ਉਹਨਾਂ ਨੂੰ ਤਾਂ ਸਜ਼ਾਵਾਂ ਵੀ ਮਿਲਦੀਆਂ, ਉਹਨਾਂ ਦੇ ਉੱਪਰ ਟ੍ਰਾਇਲ ਵੀ ਹੁੰਦੀ ਹੈ, ਉਹਨਾਂ ਦਾ ਸਭ ਕੁਝ ਹੁੰਦਾ, ਪਰ ਇਸ ਕਿਸਮ ਦੇ ਜਿਹੜੇ ਸਿਆਸੀ ਲੋਕ ਹੈਗੇ ਨੇ ਉਹ ਇੰਨੇ ਗੈਰ ਜ਼ਿੰਮੇਵਾਰ ਹੁੰਦੇ ਨੇ, ਬਾਅਦ ਵਿੱਚ ਵੀ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ। ਔਰ ਮੇਰਾ ਖਿਆਲ ਉਹਨਾਂ ਦੇ ਅੱਜ ਤੀਕ ਉਹਨਾਂ ਨੇ ਕਿਸੇ ਦਾ ਇਹ ਨਹੀਂ ਪਰਵਾਹ ਕੀਤੀ ਕਿ ਉਹ ਲੋਕ ਜਿਹੜੇ ਮੇਰੇ ਆਖਰ ਦੇ ਉੱਪਰ ਉਸ ਵੇਲੇ ਆਪਣੀ ਜੌਬ ਛੱਡ ਗਏ ਸਨ ਜਾਂ ਉਹਨਾਂ ਦਾ ਫੈਮਿਲੀ ਦਾ ਕੀ ਬਣਿਆ ਕੀ ਨਹੀਂ ਬਣਿਆ, ਬੜੀ ਹੈਰਾਨੀ ਵਾਲੀ ਗੱਲ। ਇਹਦੇ ਬਾਰੇ ਮੈਂ ਤੁਹਾਡੇ ਦੋਵਾਂ ਜਣਿਆਂ ਦਾ ਪ੍ਰਤੀਕਰਮ ਡੈਫੀਨਿਟਲੀ ਬਹੁਤ ਇੰਪੋਰਟੈਂਟ ਇਸ਼ੂ ਤੁਸੀਂ ਰੇਜ਼ ਕੀਤਾ, ਕਿਉਂਕਿ ਮੈਨੂੰ ਯਾਦ ਆ ਜਦੋਂ ਤਿੰਨ ਸਿੱਖ ਦੇ ਵਿੱਚ ਨੌਰਥ ਈਸਟ ਦੇ ਵਿੱਚ ਸੀ ਮੇਰੇ ਖਿਆਲ ਤਿੰਨ ਸਿੱਖ ਉਸ ਵੇਲੇ, ਉਹਦੇ 'ਚ ਜਦੋਂ ਬਗਾਵਤ ਹੋਈ ਆ ਅਤੇ ਮੈਂ ਉਹ ਕੋਰਟ ਆਫ ਇਨਕੁਆਇਰੀਜ਼ ਪੜ੍ਹੀਆਂ ਵਾਂ, ਉਹਦੇ 'ਚ ਕਈ ਲੋਕਾਂ ਨੇ ਆਪਣੇ ਬਿਆਨ ਦਿੱਤਾ ਵਾ ਕਿ ਉਹਨਾਂ ਨੇ ਸ਼ਾਇਦ 10-9 ਤਰੀਕ ਨੂੰ ਜਾਂ 11 ਤਰੀਕ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਸਟੇਟਮੈਂਟ ਕਿਤੇ ਸੁਣੀ। ਮੈਨੂੰ ਵੈਸੇ ਅਖਬਾਰ ਦੇ ਵਿੱਚ ਤਾਂ ਇਹ ਸਟੇਟਮੈਂਟ ਨਹੀਂ ਲੱਭੀ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਜਵਾਨ ਆ ਉਹ ਆਪਣੀਆਂ ਬੈਰਕਾਂ ਛੱਡ ਕੇ ਆ ਜਾਣ ਔਰ ਉਹ ਰਿਐਕਟ ਕਰਨ, ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਵਾ।